तो बिल्कुल ਸਾਡਾ ਜਗਜੀਤ ਭਾਈ ਮੌਜੂਦ ਨੇ ਸੋ ਵੀ ਕ੍ਰਿਮੀਨਲ ਵੇਖ ਕੇ ਆਏ ਹੋ ਸੋ ਕਿਵੇਂ ਦਾ ਕਿਵੇਂ ਦੀ ਫੀਲਿੰਗ ਮੇਰੇ ਕੋਲ ਕੈਂਚੀ ਹੁੰਦੀ ਤੇ ਮੈਂ ਤੇਰੇ ਢਿੱਡ ਚ ਮਾਰਨੀ ਸੀ ਪੰਜਾਬੀ ਟੇਸ਼ਨ ਨਾਲ ਜੁੜੇ ਹੋ ਤੇ ਮੈਂ ਜੱਸੀ ਬੜੈਚ ਦੋਸਤੋ ਅੱਜ ਅਸੀਂ ਮੌਜੂਦ ਹਾਂ ਫਿਲਮ ਦੇ ਪ੍ਰੀਮੀਅਰ ਸ਼ੋਅ ਤੇ ਸੋ ਫਿਲਮ ਦਾ ਨਾਮ ਹੈ ਜੀ ਕ੍ਰਿਮੀਨਲ ਸੋ ਦੋਸਤੋ ਟ੍ਰੇਲਰ ਆਪਾਂ ਵੇਖਿਆ ਹੋਇਆ ਸੋ ਟ੍ਰੇਲਰ ਵੇਖਣ ਤੋਂ ਬਾਅਦ ਮੈਨੂੰ ਤਾਂ ਬਹੁਤ ਕਹਿ ਸਕਦੇ ਚਾਹ ਫਿਲਮ ਨੂੰ ਵੇਖਣ ਦਾ ਉਮੀਦਾਂ ਵੀ ਨੇ ਕਿਉਂਕਿ ਲੱਗਦਾ ਟ੍ਰੇਲਰ ਵੇਖਣ ਤੋਂ ਬਾਅਦ ਕੁਝ ਵੱਖਰਾ ਸਾਡੇ ਸਿਨੇਮੇ 'ਚ ਆਇਆ ਸੋ ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਊਂਗਾ ਆਪਾਂ ਜਾਣਦੇ ਹਾਂ ਕਿ ਸੋ ਜਿੱਦਾਂ ਤੁਸੀਂ ਵੇਖ ਸਕਦੇ ਹੋ ਕਿ ਮਾਹੌਲ ਪੂਰਾ ਬਣਿਆ ਹੋਇਆ ਫਿਲਮ ਵੀ ਵੇਖਦੇ ਹਾਂ ਫਿਲਮ ਦੀ ਸਟਾਰ ਕਾਸਟ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿ ਉਹਨਾਂ ਨੂੰ ਕਿੰਨਾ ਚਾਹ ਆਓ ਮੇਰੇ ਨਾਲ ਬਹੁਤ ਘੈਂਟ ਫੀਲ ਕਰ ਰਹੇ ਹਾਂ ਜੀ ਹਾਂ ਇਹ ਦਿਨ ਦੀ ਵੇਟ ਹੁੰਦੀ ਆ ਹਰੇਕ ਐਕਟਰ ਨੂੰ ਔਰ ਅੱਜ ਰਿਸਪਾਂਸ ਬਹੁਤ ਅੱਛਾ ਆ ਰਿਹਾ ਸੋ ਸਾਰੇ ਹਾਊਸਫੁੱਲ ਹੋ ਰਿਹਾ ਤਾਂ ਅੱਛਾ ਲੱਗ ਰਿਹਾ ਥੈਂਕ ਯੂ ਸ਼ੁਕਰੀਆ ਪਹਿਲਾਂ ਤਾਂ ਬਹੁਤ ਮਤਲਬ ਐਕਸਾਈਟਡ ਆ ਜੀ ਕਿਉਂਕਿ ਤੁਸੀਂ ਬਹੁਤ ਜਦੋਂ ਕੰਮ ਕਰ ਰਹੇ ਹੋ ਬਹੁਤ ਮਿਹਨਤ ਨਾਲ ਕੀਤਾ ਹੁੰਦਾ ਤੁਸੀਂ ਇੱਕ ਕ੍ਰਾਫਟ 'ਚ ਬੜੇ ਹੁੰਦੇ ਹੋ ਡਾਇਰੈਕਟਰ ਸਾਹਿਬ ਰਾਈਟਰ ਸਾਹਿਬ ਸਾਰੇ ਤੁਹਾਡੇ ਤੇ ਫੋਕਸ ਹੁੰਦੇ ਨੇ ਵੀ ਇਧਰੋਂ ਨਾ ਹੋ ਜੇ ਹਨਾ ਕੈਰੈਕਟਰ ਜਿਹੜਾ ਨਿਕਲੇ ਨਾ ਹੋਵੇ ਤਾਂ ਹੁਣ ਜਿਹੜਾ ਅਸੀਂ ਮਤਲਬ ਮਿੱਟੀ ਨਾਲ ਘਰ ਬਣਾਇਆਗਾ ਅੱਜ ਉਹਦੇ ਵਿੱਚ ਬੈਠਾਂਗੇ ਉਹਦੇ ਵਿੱਚੋਂ ਹਵਾ ਵੀ ਚੱਲਣੀ ਹੈ ਗਰਮੈਸ਼ ਵੀ ਆਉਣੀ ਹੈ ਸੋ ਸਾਰੀਆਂ ਚੀਜ਼ਾਂ ਉਹ ਅਸੀਂ ਮਹਿਸੂਸ ਕਰਨ ਲਈ ਬਹੁਤ ਉਤਸੁਕ ਹਾਂ ਜੀ ਗਰਿੰਦਰ ਸਿੱਧੂ ਜੀ ਨੂੰ ਅਸੀਂ ਦੇਵਾਂਗੇ ਵਧਾਈਆਂ ਹੈ ਐਡਵਾਂਸ ਬੁਕਿੰਗ ਇੰਨੀ ਜ਼ਿਆਦਾ ਪਿਆਰ ਦਰਸ਼ਕਾਂ ਨੇ ਦਿੱਤਾ ਹਨਾ ਹਮੇਸ਼ਾ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਇਹ ਸਬਜੈਕਟ ਹੁੰਦੇ ਨੇ ਬਹੁਤ ਰਿਸਕੀ ਹੁੰਦੇ ਆ ਹਨਾ ਐਕਸਪੈਰੀਮੈਂਟਲ ਹੁੰਦੇ ਆ ਔਰ ਥੈਂਕ ਟੂ ਗਿੱਪੀ ਬਾਈ ਜਿਨ੍ਹਾਂ ਨੇ ਜਿਹੜੇ ਵੱਡਾ ਜਿਗਰਾ ਦਿਖਾਉਂਦੇ ਆ ਆਲਵੇਜ਼ ਔਰ ਸਾਡੀ ਝੋਲੀ ਇੰਨਾ ਸੋਹਣਾ ਖੂਬਸੂਰਤ ਤੋਹਫਾ ਪਾਇਆ ਕ੍ਰਿਮੀਨਲ ਸਾਨੂੰ ਜ਼ਰੂਰਤ ਹੁੰਦੀ ਆ ਹਾਂ ਜਿੱਦਾਂ ਦੀ ਇਹ ਬਹੁਤ ਚੁਣੌਤੀ ਭਰਿਆ ਸੀ ਵੀਰੇ ਕਿਉਂਕਿ ਕਿਰਦਾਰ ਇਦਾਂ ਦਾ ਮੈਂ ਪਹਿਲਾਂ ਕੀਤਾ ਨਹੀਂ ਕਦੇ ਔਰ ਦੂਜੀ ਗੱਲ ਹੈ ਵੀ ਇਹ ਬਹੁਤ ਕਰੂਰਤਾ ਵਾਲਾ ਮਤਲਬ ਬਹੁਤ ਡਾਰਕ ਕਰੈਕਟਰ ਹੈ ਜਿਹੜਾ ਮੈਂ ਕਰ ਰਿਹਾ ਹਨਾ ਔਰ ਰੇਪਿਸਟ ਦਾ ਕਰੈਕਟਰ ਹੈ ਬੇਸਿਕਲੀ ਸੋ ਮੈਂ ਤਾਂ ਆਪਦੀ ਜ਼ਿੰਦਗੀ 'ਚ ਕੀਤਾ ਨਹੀਂ ਬਾਕੀ ਜੋ ਟ੍ਰੇਲਰ ਨਹੀਂ ਨਹੀਂ ਕਿਰਦਾਰ ਕਹਿਣਾ ਭਾਈ ਅਸਲ ਕੁਛ ਕਿਹਾ ਨਹੀਂ ਤੁਸੀਂ ਆਪ ਹੀ ਖਿਲਾੜੀ ਮੈਂ ਕਰ ਰਿਹਾ ਹਸੀ ਜਾਂਦਾ ਖੜਾ ਸੋ ਬਾਕੀ ਇਹ ਹੈਗਾ ਵੀ ਯਾਰ ਮੇਰੀ ਗੱਲ ਹੀ ਭੁਲਾ ਦਿੱਤੀ ਨਾ ਪ੍ਰਿੰਸ ਬਾਈ ਨਾਲ ਜਾਂ ਉਹ ਮੇਰੇ ਲਈ ਇਹ ਸੀਗਾ ਵੀ ਬੋਲੀ ਬਾਈ ਨਹੀਂ ਲੱਗਣਾ ਚਾਹੀਦਾ ਜ਼ਿਲ੍ਹਾ ਸੰਗਰੂਰ ਦਾ ਨਹੀਂ ਉਹ ਲੱਗਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਇਹ ਚੈਲੰਜ ਸੀਗਾ ਫਿਰ ਦੂਜੀ ਚੀਜ਼ ਇਹ ਸੀਗਾ ਵੀ ਇਹਨਾਂ ਨੇ ਆਪਦਾ ਵੇਟ ਗੇਨ ਕੀਤਾ ਰੋਲ ਲਈ ਕਿਉਂਕਿ ਉਹਦੇ ਚ ਨਹਾਉਣ ਦੇ ਸੀ ਨਾ ਇਸ ਨੂੰ ਫਿਲਮ ਚ ਦੇਖਣ ਨੂੰ ਮਿਲੂਗਾ ਤਾਂ ਮਤਲਬ ਇੱਕ ਜਿਹੜਾ ਜੇਲ੍ਹ ਚ ਰਹਿਣ ਵਾਲਾ ਬੰਦਾ ਇੱਕ ਐਕਟਰ ਫਿੱਟ ਹੋ ਸਕਦਾ ਜਿਹੜਾ ਕ੍ਰਿਮੀਨਲ ਆ ਉਹ ਬੰਦਾ ਇੰਨਾ ਫਿੱਟ ਨਹੀਂ ਹੋਊਗਾ ਹਨਾ ਇਸ ਕਰਕੇ ਉਹ ਵੇਟ ਵੀ ਗੇਨ ਕੀਤਾ ਤੇ ਦੂਜੀ ਗੱਲ ਇਹਨਾਂ ਦਾ ਜੋ ਮੇਕਅਪ ਸੀਗਾ ਸਕਾਰ ਸੀ ਜਾਂ ਉਹ ਆ ਬੋਡੀ ਲੈਂਗੁਏਜ ਆ ਜਿਵੇਂ ਹੁਣ ਅਸੀਂ ਬੋਲੀ ਬਾਈ ਨੇ ਹਮੇਸ਼ਾ ਕਾਮੇਡੀ 'ਚ ਪਲੇ ਕੀਤਾ ਅਸੀਂ ਇਸ ਵਾਰ ਪਹਿਲਾਂ ਇਹ ਆ ਵੀ ਡਾਇਲੋਗਸ ਦੀ ਕਾਮੇਡੀ ਨਹੀਂ ਹੈ ਪਰ ਡਾਰਕ ਹਿਊਮਰ ਦੇ ਥਰੂ ਡਾਰਕ ਕਾਮੇਡੀ ਤੁਹਾਨੂੰ ਮਿਲੂਗੀ ਫਿਲਮ 'ਚ ਹਨਾ ਵੀ ਪੰਚਸ ਦੀ ਕਾਮੇਡੀ ਨਹੀਂ ਹੈ ਸਿਚੁਏਸ਼ਨਸ ਦੀ ਕਾਮੇਡੀ ਤੁਹਾਨੂੰ ਮਿਲੂਗੀ ਮਤਲਬ ਕੋਸ਼ਿਸ਼ ਕੀਤੀ ਜਿਹੜਾ ਮਾਸਟਰ ਦੇ ਅੰਦਰ ਇੱਕ ਮਾਸਟਰ ਜਿਹੜਾ ਰੇਪਿਸਟ ਬੈਠਾ ਨਾ ਉਹ ਉਦੋਂ ਜਦੋਂ ਇਕੱਲਾ ਹੁੰਦਾ ਉਹਦੀ ਸਪੇਸ ਹੁੰਦੀ ਹੈ ਉਦੋਂ ਬਾਹਰ ਆਊਗਾ ਜਿੱਦਾਂ ਤੁਸੀਂ ਉਹ ਗਾਊਨ ਪਾਏ ਦੇਖਿਆ ਨਾ ਮੇਰੇ ਸੀਨਾਂ 'ਚ ਟ੍ਰੇਲਰ 'ਚ ਵੀ ਜਾਂ ਪੋਸਟਰਾਂ 'ਚ ਉਹ ਜਿਹੜਾ ਸੀਨ ਹੈ ਉਹ ਜਿਹੜਾ ਸੀਨ ਉਹ ਬਹੁਤ ਕਮਾਲ ਦਾ ਸੀਨ ਹੈ ਮਤਲਬ ਉਹ ਮਾਸਟਰ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੋਂ ਡਰ ਲੱਗ ਰਿਹਾ ਉਹਦਾ ਇੱਕ ਨਵਾਂ ਰੂਪ ਹੋਊਗਾ ਇੱਕ ਮਾਸਟਰ ਦੇ ਅੰਦਰ ਇੱਕ ਹੋਰ ਮਾਸਟਰ ਵੀ ਬੈਠਾ ਦੋਵਾਂ ਦਾ ਸਵਾਲ ਆ ਕਲਾਕਾਰ ਦਾ ਕੰਮ ਹੁੰਦਾ ਅਬਜ਼ਰਵ ਕਰਨਾ ਪਰ ਇਹ ਜਿਹੜਾ ਐਕਸਪੈਰੀਮੈਂਟ ਤੁਹਾਡੇ ਤੋਂ ਆਇਆ ਨੈਗੇਟਿਵ ਕਿਰਦਾਰ ਡਾਰਕ ਸ਼ੇਡ ਦਾ ਜਿਹੜਾ ਤੁਸੀਂ ਗਿਆ ਆ ਕਿਹਨੂੰ ਅਬਜ਼ਰਵ ਕਰਦੇ ਰਹੇ ਹੋ ਕਿਉਂਕਿ ਕਲਾਕਾਰ ਜਦ ਵੀ ਉਸ ਨੂੰ ਕੋਈ ਚੈਲੰਜ ਕਰਾਇਆ ਕਿਰਦਾਰ ਮਿਲਦਾ ਹੈ
अमरीश पुरी साहब हो रही है सारे प्रेम चोपड़े हो रही जिम्मे योग सर हो नेगेटिव किरदार वो तो साडे दिमाग च चलती है पर जो तुहानू करैक्टर मिलता ना तुसी जिदां दा करैक्टर है तां जिन्नियां अजकल जिवें खबरां आउंदियां ने भी 70 साल की औरत नाल भी बच्चियां नाल भी जिहड़े मतलब उन्हां दी जिहड़ी मानसिकता ना जिहड़ी उन्हां दी मतलब साइकी आ उह तुसी महसूस कर सकदे हो बतौर अदाकार जदों तुसी उस प्रोसैस चो लंघे होंदे ना तुसी खबरां पढ़ते हो वह चीज़ा थोड़ू दिदियाँ थोड़ू तुम जो देखते भी यार कोई इन्ना भी जालम हो सकता इन्ना भी बंदा क्रूर हो सकता भी यार बच्ची तो मतलब त मेरा उस तरह का किरदार उन्होंने जिन्ना अपना गैरी बाई होर ने बहुत मेहनत की है मेरे तो कढ़वाने बेसिकली जो सवाल है ना भी किसी माड़े बंदे पोर्ट्रेट करने मैं लगता भी तुम ओदा माइंड रीड करना होंगे तुम इन्ना डेप्थ च नहीं जाना होंगे क्योंकि तुम कोई रियल चीज करनी होंगी है तो बाकी जी बेसिकली करैक्टर स्क्रिप्ट के हिसाब न पोर्ट्रेट होंगे है ना भी उन्होंने उन्ना की कर बेसिकली जिमें लिखा गया उमें ही पोर्ट्रेट होगा एक्टर लिए यह होंगे भी वो बॉडी लैंग्वेज ने किमें क्रिएट करता वो इन्होंने बहुत सोहना किया जेडी कॉमेडी थ्रिलर गुन्नी भी ठीक है वो ਸ਼ੌਂਕੀ ਵੀ ਆ ਤੇ ਤੁਹਾਨੂੰ ਸੋਹਣੀ ਲੱਗੂਗੀ ਫਿਲਮ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਹਾਂ ਫਿਲਮ ਬਾਰੇ ਇਹ ਸਾਰੇ ਲੇਖਕ ਜਰੂਰ ਦੱਸੇ ਜਰੂਰ ਰਿਵਿਊ ਜਰੂਰ ਹਾਂ ਇਹ ਰਿਵਿਊ ਜਰੂਰ ਦਿਓ ਵੀ ਤੁਹਾਨੂੰ ਕਿਵੇਂ ਲੱਗਾ ਅੱਜ ਅਸੀਂ ਕ੍ਰਿਮੀਨਲ ਦੀ ਸਕਰੀਨਿੰਗ ਤੇ ਮੌਜੂਦ ਹਾਂ ਨਾਲ ਇੱਕ ਕ੍ਰਿਮੀਨਲ ਚਿਹਰਾ ਸੋ ਗੁਰਨਵਦੀਪ ਬਾਈ ਮੌਜੂਦ ਆ ਬਾਈ ਮੈਂ ਤਾਂ ਕਹਿੰਦਾ ਕਹਿੰਦਾ ਗੌਰ ਸੇ ਦੇਖੀ ਜੀ ਚਿਹਰਾ ਸ਼ਰੀਫ ਆ ਨਾ ਮੈਂ ਦੇਖਣ ਚ ਸ਼ਰੀਫ ਲੱਗਦਾ ਨਾ ਜਿਹੜਾ ਸ਼ਰੀਫ ਸੀਗੇ ਇੰਨੇ ਸ਼ੈਤਾਨ ਕਿਵੇਂ ਬਣੇ ਨਹੀਂ ਦੇਖੋ ਮੈਨੂੰ ਇੱਕ ਇਹ ਇੱਕ ਨਾ ਇਹ ਬਹੁਤ ਵੱਡੀ ਗੱਲ ਹੈ ਕਿ ਦੇਖਣ ਦੇ ਵਿੱਚ ਨਾ ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਦਾ ਬੰਦਾ ਦੇਖਦਾ ਹੈ ਨਾ ਤਾਂ ਉਹ ਉਵੇਂ ਦਾ ਹੀ ਹੋਵੇ ਔਰ ਇਹ ਕ੍ਰਿਮੀਨਲ ਦੇ ਵਿੱਚ ਵੀ ਇਹੀ ਹੈ ਨਾ ਕਿ ਜ਼ਰੂਰੀ ਨਹੀਂ ਹੁੰਦਾ ਕ੍ਰਿਮੀਨਲ ਜਿਹੜਾ ਹੁੰਦਾ ਜੇ ਕੋਈ ਕ੍ਰਾਈਮ ਕਰ ਰਿਹਾ ਤਾਂ ਬਹੁਤ ਖਤਰਨਾਕ ਦਿਖੂਗਾ ਕਈ ਭੋਲੇ ਚਿਹਰੇ ਵੀ ਹੁੰਦੇ ਆ ਹੈ ਨਾ ਇਹ ਬੜਾ ਇਹ ਸਟੀਰੀਓਟਾਈਪ ਚੀਜ਼ ਹੈ ਥੋੜ੍ਹੀ ਜਿਹੀ ਕਿ ਕ੍ਰਿਮੀਨਲ ਆ ਤਾਂ ਉਹਨੂੰ ਐਵੇਂ ਦਿਖਾਉਣਾ ਮਤਲਬ ਉੱਚੀ ਆਵਾਜ਼ 'ਚ ਗੱਲ ਕਰੂਗਾ ਹੈ ਨਾ ਉਹਦੇ ਮੁੱਛਾਂ ਹੋਣਗੇ ਦਾੜ੍ਹੀ ਹੋਊਗੀ ਲੰਬੀ ਹਾਈਟ ਹੋਊਗੀ ਹਾਂ ਉਹ ਬਣ ਜਾਂਦੀ ਹੈ ਪਰ ਜੇ ਤੁਸੀਂ ਵੈਸੇ ਤੁਸੀਂ ਦੇਖੋਗੇ ਕੁਛ ਲੋਕ ਜਿਹੜੇ ਐਵੇਂ ਦੇ ਕੰਮ ਕਰਦੇ ਆ ਹੈ ਨਾ ਕ੍ਰਾਈਮਸ ਵਗੈਰਾ ਕਰਦੇ ਆ ਕੁਛ ਲੋਕਾਂ ਨੂੰ ਦੇਖ ਕੇ ਕਹੋਗੇ ਹੀ ਨਹੀਂ ਉਹ ਠੀਕ ਲੱਗਦੇ ਆ ਨੋਰਮਲ ਇਨਸਾਨ ਲੱਗਦੇ ਆ ਤੁਹਾਨੂੰ ਕਿਹੋ ਜਿਹੇ ਕੰਪਲੀਮੈਂਟ ਮਿਲਦਾ ਤੁਹਾਡਾ ਕੈਰੇਕਟਰ ਟ੍ਰੇਲਰ ਦੇਖਣ ਤੋਂ ਬਾਅਦ ਕਿਹੋ ਜਿਹੇ ਤੁਹਾਨੂੰ ਲੋਕਾਂ ਦੇ ਯਾਰਾਂ ਦੋਸਤਾਂ ਦੇ ਕਿਹੋ ਜਿਹੇ ਕੰਪਲੀਮੈਂਟ ਕੁਇਰਕੀ ਜਿਹਾ ਖੇਡਣ ਜਿਹਾ ਵਾਲਾ ਵੀ ਖੇਡੀ ਜਾ ਰਿਹਾ ਉਹਦੇ 'ਚ ਮੈਂ ਨੱਚ ਵੀ ਰਿਹਾ ਹੈ ਨਾ ਸਾਰੀਆਂ ਚੀਜ਼ਾਂ ਹੋ ਰਹੀਆਂ ਤਾਂ ਉਹ ਕਹਿੰਦੇ ਵੀ ਨੱਚ ਵੀ ਰਿਹਾ ਮੈਂ ਹੱਸ ਜੇ ਵੀ ਰਿਹਾ ਹੈ ਨਾ ਤਾਂ ਉਹ ਕਹਿੰਦੇ ਮਜ਼ੇਦਾਰ ਇੱਕ ਕਰੈਕਟਰ ਤੁਹਾਨੂੰ ਮਿਲਦਾ ਤਾਂ ਕੀ ਕੀ ਚੀਜ਼ ਹੈ ਇਹਦੇ ਵਿੱਚ ਵੀ ਇੱਕ ਇੱਦਾਂ ਨਾ ਵੀ ਵੱਡੀ ਸਟਾਰ ਕਾਸਟ ਆ ਪ੍ਰਿੰਸ ਬਾਈ ਹੁਰੀ ਨੇ ਰਘਵੀਰ ਬਾਈ ਹੁਰੀ ਨੇ ਉਹਨਾਂ ਨਾਲ ਇੱਕ ਕਰੈਕਟਰ ਕਰਨਾ ਸੀਗਾ ਸੋ ਕਿਵੇਂ ਦਾ ਸੀਗਾ ਡਰ ਸੀਗਾ ਕਿਹੋ ਜਿਹਾ ਦੇਖੋ ਇਹ ਹੁੰਦਾ ਵੀ ਸ਼ੁਰੂ ਤੋਂ ਐਵੇਂ ਹੀ ਰਿਹਾ ਵੀ ਲਰਨਿੰਗ ਬੜੀ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਹੈ ਨਾ ਜਿਵੇਂ ਸਾਰੇ ਜਿੰਨੇ ਵੀ ਐਕਟਰਸ ਨੇ ਵੱਡੇ ਵੱਡੇ ਐਕਟਰਸ ਨੇ ਜਿਵੇਂ ਕਿੰਨਾ ਕੰਮ ਕੀਤਾ ਹੈ ਨਾ ਪ੍ਰਿੰਸ ਕਵਲਜੀਤ ਸਰ ਹੋ ਗਏ ਹੈ ਨਾ ਜਾਂ ਬੋਲੀ ਭਾਜੀ ਹੋ ਗਏ ਧੀਰਜ ਕੁਮਾਰ ਹੈ ਨਾ ਤਾਂ ਇਹਨਾਂ ਨੇ ਕਿੰਨਾ ਕੰਮ ਨੀਰੂ ਮੈਮ ਕਿੰਨਾ ਕੰਮ ਕੀਤਾ ਤਾਂ ਮੈਨੂੰ ਇਹ ਲੱਗਦਾ ਵੀ ਜਦੋਂ ਮਿਲੂੰਗਾ ਤਾਂ ਮੈਂ ਬਹੁਤ ਕੁਛ ਸਿੱਖੂੰਗਾ ਮੈਨੂੰ ਹਮੇਸ਼ਾ ਹੀ ਇਹ ਰਹਿੰਦਾ ਜਿਹੜਾ ਮੇਰੇ ਨਾਲ ਦਾ ਜਿਹੜੇ ਮੇਰੇ ਤੋਂ ਵੱਡੇ ਨੇ ਹੈ ਨਾ ਕੋਈ ਛੋਟਾ ਵੀ ਹੈ ਕੋਈ ਵੀ ਕੰਮ ਕਰ ਰਿਹਾ ਮੈਨੂੰ ਇਹ ਲੱਗਦਾ ਵੀ ਇਹ ਸਿੱਖੀ ਹੈ ਯਾਰ ਨਾ ਵੀ ਇਹਨਾਂ ਤੋਂ ਸਿੱਖਣਾ ਯਾਰ ਹੈ ਨਾ ਓਬਵੀਅਸਲੀ ਟੀਮ ਨੂੰ ਮਿਲੇ ਸੀਗੇ ਤਾਂ ਕਿਹੋ ਜਿਹਾ ਮਾਹੌਲ ਦੇ ਸੈੱਟ ਤੇ ਕਿਹੋ ਜਿਹਾ ਮਾਹੌਲ ਹਾਂ ਮਜ਼ੇਦਾਰ ਸੀਗਾ ਬਹੁਤ ਲਾਈਟ ਮਾਹੌਲ ਰਿਹਾ ਕਿਉਂਕਿ ਜਦੋਂ ਇੱਕ ਤਾਂ ਵਕਤ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਸਹੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਤਾਂ ਪੋਜ਼ਿਟਿਵ ਹੀ ਲੱਗਦਾ ਅਤੇ ਸ਼ੂਟ ਸ਼ੁਰੂ ਹੋਇਆ ਹੈ ਨਾ ਇਹ ਇਹ ਸ਼ੂਟ ਕਰਨਾ ਜਦੋਂ ਡਿਸਾਈਡ ਕੀਤਾ ਡਾਇਰੈਕਟਰ ਸਰ ਨੇ ਉਹ ਸ਼ੂਟ ਕੀਤਾ ਬੜੇ ਆਰਾਮ ਨਾਲ ਸ਼ੂਟ ਹੋਇਆ ਉਸ ਤੋਂ ਬਾਅਦ ਦੇ ਵਿੱਚ ਮਤਲਬ ਚੱਲਦਾ ਗਿਆ ਤਾਂ ਬਹੁਤ ਮਜ਼ੇਦਾਰ ਰਿਹਾ ਕਮਾਲ ਦਾ ਪੋਜ਼ਿਟਿਵ ਫਿਰ ਗੱਲਬਾਤ ਕਰਾਂਗੇ ਥੈਂਕ ਯੂ
ਬਿਲਕੁਲ ਜੀ ਇਸ ਸਮੇਂ ਸਾਡੇ ਨਾਲ ਅਰਮਾਨ ਵਿਦਲ ਬਾਈ ਮੌਜੂਦ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਤੇ ਕਹਿ ਸਕਦੇ ਕਿ ਕ੍ਰਿਮੀਨਲ ਲੁੱਕ ਤਾਂ ਨਹੀਂ ਥੋੜੀ ਸਭ ਫਣੀ ਲੁੱਕ ਦੇ ਉਹ ਮੈਂ ਨਾ ਗੱਲ ਕਰਦਾ ਹੁੰਦਾ ਕਿ ਜਦੋਂ ਤੁਸੀਂ ਕਨਫਿਊਜ਼ ਹੋਣਾ ਵੀ ਕੀ ਪਾਵਾਂ ਕਾਲੇ ਕੱਪੜੇ ਪਾ ਲਓ ਸਾਰੇ ਉਹ ਵਧੀਆ ਲੱਗਣਗੇ ਸੋਹਣੀ ਕਿਸੇ ਕਿਸੇ ਤੇ ਲੱਗਦਾ ਤੁਹਾਡੇ ਤੇ ਸੋਹਣੇ ਲੱਗਦੇ ਬੰਦੇ ਦੂਜੇ ਤੇ ਲੱਗੇ ਨਾ ਲੱਗੇ ਤੁਹਾਨੂੰ ਹਾਂ ਮੈਂ ਕੱਪੜੇ ਇਦਾਂ ਨਹੀਂ ਪਾਉਣਾ ਗਾ ਮੈਨੂੰ ਕਹਿਣੇ ਵੀ ਨਹੀਂ ਐਂਡ ਤੇ ਮੈਂ ਪਾਉਣਾ ਹੋਈ ਜਿਹੜਾ ਮੈਨੂੰ ਪਸੰਦ ਆਉਂਦਾ ਹਾਂ ਕੀ ਅੱਜ ਬੋਲੀ ਬਾਈ ਨਾਲ ਤੁਹਾਡਾ ਬਹੁਤ ਪਿਆਰ ਆ ਕ੍ਰਿਮੀਨਲ ਜੋ ਟ੍ਰੇਲਰ ਵੇਖਿਆ ਸੀਗਾ ਕਿਹੋ ਜਿਹਾ ਮਾਹੌਲ ਸੀਗਾ ਅੱਜ ਫਿਲਮ ਤੇ ਆਏ ਹੋ ਬੜਾ ਘੈਂਟ ਵੀਰੇ ਬੜਾ ਘੈਂਟ ਮੈਨੂੰ ਬੋਲੀ ਵੀਰਾ ਕਹਿੰਦਾ ਦੇਖ ਟ੍ਰੇਲਰ ਦੇਖਿਆ ਮੈਂ ਲੇਟ ਉੱਠਿਆ ਸੀ ਉਹਦੇ ਨੇ ਮਾ ਯਾਰ ਵੀਰੇ ਦੇਖ ਮੈਂ ਦੇਖਣ ਲੱਗਿਆ ਦੇਖਣ ਤੋਂ ਬਾਅਦ ਨਾਲ ਦੀ ਨਾ ਮੈਂ ਕਾਲ ਕੀਤਾ ਮੈਂ ਵੀਰੇ ਅੱਤ ਹੋ ਗਈ ਕਹਿੰਦਾ ਕਿਵੇਂ ਕਿਹੜਾ ਚੀਜ਼ ਵਧੀਆ ਲੱਗੀ ਮਾ ਵੀਰੇ ਦੇਖ ਤਾਂ ਤੁਸੀਂ ਕੁੜੀਆਂ ਵਾਲੇ ਕੱਪੜੇ ਪਾ ਕੇ ਮਾਹੌਲ ਜਿਹਾ ਹਨਾ ਉਹ ਘੈਂਟ ਲੱਗ ਰਿਹਾ ਹਨਾ ਉਹ ਤੋਂ ਬਾਅਦ ਤੁਸੀਂ ਉਹ ਸ਼ੀਸ਼ੇ ਵਾਲਾ ਮਿਰਰ ਜੋ ਡਰਾਉਣੇ ਜਿਹਾ ਹਨਾ ਉਹ ਬੜਾ ਵਧੀਆ ਲੱਗਿਆ ਬਾਕੀ ਪ੍ਰਿੰਸ ਕਵਲਜੀਤ ਵੀਰਾ ਧੀਰਜ ਵੀਰਾ ਨੀਰੂ ਮੈਮ ਸਾਰਿਆਂ ਨੇ ਬਹੁਤ ਘੈਂਟ ਕੰਮ ਕੀਤਾ ਸੋ ਅੱਜ ਫਿਲਮ ਐਕਸਾਈਟਡ ਆ ਪੂਰਾ ਦੇਖਣ ਵਾਸਤੇ ਤੇ ਕੱਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜਾ ਕੇ ਸਭ ਨੇ ਦੇਖਣਾ ਤੇ ਸਪੋਰਟ ਕਰਨਾ ਵੀਰੇ ਜਦੋਂ ਫਿਲਮ ਵੇਖਦੇ ਹਨਾ ਇੱਕ ਫਿਰ ਆਪਦੇ ਆਪ ਵੀ ਚਾਅ ਜਾ ਹੋ ਜਾਂਦਾ ਵੀ ਆਪਾਂ ਵੀ ਇਸ ਵੱਡੇ ਪਰਦੇ ਤੇ ਆਉਣਾ ਤੁਹਾਡਾ ਪਹਿਲਾ ਗੀਤ ਹੋਇਆ ਸੀ ਸੁਪਰ ਡੂਪਰ ਹਿੱਟ ਹੋਇਆ ਸੀਗਾ ਸੋ ਫਿਲਮ ਨੂੰ ਲੈ ਕੇ ਕਿੰਨਾ ਚਾਅ ਬਾਲਾ ਵੀਰੇ ਬਾਲਾ ਸਾਡੀ ਮਿਹਨਤ ਹੈਗੀ ਹੁਣ ਨਾ ਸਾਡੀ ਫਿਲਮ ਦਾ ਟ੍ਰੇਲਰ ਕੱਟਿਆ ਗਿਆ ਮੈਂ ਸੁੱਖ ਵੀਰ ਨੂੰ ਸੁੱਖ ਸੰਘੇੜੇ ਵੀਰ ਨੂੰ ਕਿਹਾ ਮੈਨੂੰ ਦਿਖਾ ਦਿਓ ਮਾੜਾ ਜਿਹਾ ਦਿਖਾ ਦਿਓ ਉਹ ਕਹਿੰਦਾ ਨਹੀਂ ਮੈਂ ਨਹੀਂ ਦਿਖਾਉਣਾ ਮੈਂ ਦਿਖਾ ਦਿਓ ਵੀਰੇ ਮੈਨੂੰ ਐਕਸਾਈਟਮੈਂਟ ਹੋ ਰਹੀ ਹੈ ਮੇਰੇ ਨਾ ਅੰਦਰੋਂ ਕੁਤਕਤਾਰੀਆਂ ਜਿਹਾ ਹੋ ਜਾਂਦੇ ਨੇ ਦਿਖਾ ਦਿਓ ਹੈ ਨਾ ਕਿਉਂਕਿ ਉੱਥੇ ਫਿਲਮ ਐਡਿਟ ਹੁੰਦੀ ਸਾਡੇ ਔਨ ਸੈਟ ਮੈਂ ਦੇਖੀ ਆ ਨਾਲ ਐਡਿਟ ਹੋ ਰਹੀ ਸੀ ਫਿਲਮ ਉਹ ਦੇਖੀ ਹੁਣ ਟ੍ਰੇਲਰ ਜਦੋਂ ਕੱਟ ਰਹੇ ਹਾਂ ਹੈ ਨਾ ਮੈਨੂੰ ਵੀਰੇ ਮਹਾਂ ਕਹਿੰਦਾ ਮੈਂ ਆਊਂਗਾ ਇੰਡੀਆ ਆਊਂਗਾ ਉਦੋਂ ਦਿਖਾਊਂਗਾ ਗੋਲੀਆਂ ਪਾ ਰਿਹਾ ਮੈਨੂੰ ਸੁੱਖ ਵੀਰਾ ਨਹੀਂ ਪਰ ਐਕਸਾਈਟਡ ਹੈਗਾ ਆਪਦੇ ਆਪ ਨੂੰ ਸਕਰੀਨ 'ਤੇ ਦੇਖਣ ਵਾਸਤੇ ਪੂਰੀ ਟੀਮ ਨੇ ਮਿਹਨਤ ਬਹੁਤ ਕੀਤੀ ਹੈ ਉਮੀਦ ਕਰਾਂਗੇ ਕਿ ਲੋਕ ਸਾਨੂੰ ਪਿਆਰ ਦੇਣਗੇ ਮਿਲਦੇ ਆਪਾਂ ਫਿਰ ਫਿਲਮ ਤੋਂ ਬਾਅਦ ਮੈਂ ਤਾਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਲੱਗਦਾ ਸੀ ਵੀ ਇਹੀ ਕਰੈਕਟਰ ਹੀ ਚੀਜ਼ ਨੂੰ ਵਾਪਸ ਸਕਦੇ ਨੇ ਸੱਚੀ ਗੱਲ ਤਾਂ ਇੱਕ ਅਸੀਂ ਜਦੋਂ ਪਹਿਲੇ ਗਏ ਸੀ ਕਿ ਅਸੀਂ ਬਾਲੀਵੁੱਡ ਨੂੰ ਸੀ ਟੱਕਰ ਜੀ 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 ਤੁਸੀਂ ਇੱਕ ਵਾਰੀ ਆਡੀਅੰਸ ਨੂੰ ਪੁੱਛੋ ਆਪਾਂ ਤਾਂ ਗੱਲ ਕਰਦੇ ਹੀ ਰਵਾਂਗੇ ਸੋ ਕ੍ਰਿਮੀਨਲ ਵੇਖ ਕੇ ਆਏ ਸੋ ਵੀਰੇ ਜਿੱਦਾਂ ਕਹਿੰਦੇ ਨੇ ਅਸੀਂ ਟ੍ਰੇਲਰ ਵੇਖਿਆ ਸੀਗਾ ਸੋਚੀ ਟ੍ਰੇਲਰ ਤੋਂ ਕਿਤੇ ਪਾਰ ਦੀ ਗੱਲ ਲੱਗੀ ਅਸੀਂ ਜਦੋਂ ਮੈਂ ਜ਼ਿਕਰ ਕਰਦਾ ਹੁੰਦਾ ਆਪਾਂ ਬਹੁਤ ਵਾਰੀ ਮਿਲਦੇ ਹਾਂ ਪਰ ਅਸੀਂ ਰਘਵੀਰ ਬੋਲੀ ਨੂੰ ਨਹੀਂ ਮਿਲਦੇ ਹੁੰਦੇ ਹਰ ਵਾਰੀ ਕਿਰਦਾਰ ਨੂੰ ਮਿਲਦੇ ਹੁੰਦੇ ਆ ਜੋ ਤੁਸੀਂ ਇਹ ਚੀਜ਼ ਵੇਖੀ ਕਿਵੇਂ ਲੱਗਿਆ ਮੇਰੀ ਖੁਸ਼ਕਿਸਮਤੀ ਹੈ ਔਰ ਮੇਰੀ ਮੈਂ ਕਹਿੰਦਾ ਵੀ ਸਫਲਤਾ ਮੇਰੀ ਜੇ ਤੁਸੀਂ ਮੇਰੇ ਕਿਰਦਾਰਾਂ ਕਰਕੇ ਮੈਨੂੰ ਜਾਣਦੇ ਹੋ ਔਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਹਮੇਸ਼ਾ ਵੱਖਰੇ ਤਰ੍ਹਾਂ ਨਾਲ ਆਪਣੇ ਵੱਖਰੇ ਕ੍ਰਾਫਟ ਨਾਲ ਜਿੰਨਾ ਮੇਰੇ ਅੰਦਰ ਹੈਗਾ ਮੈਂ ਉਹਨੂੰ ਬਾਖੂਬੀ ਨਿਭਾਵਾਂ ਜੋ ਮੈਨੂੰ ਮਿਲਿਆ ਅਤੇ ਮਾਸਟਰ ਦਾ ਜਿਹੜਾ ਕਿਰਦਾਰ ਸੀਗਾ ਬਹੁਤ ਹੀ ਕਰੂਰ ਸੀਗਾ ਬਹੁਤ ਹੀ ਮਤਲਬ ਖੂੰਖਾਰਟ ਹੈ ਮਾਹੌਲ ਸੀਗਾ ਇੰਟੈਂਸ ਸੀਗਾ ਪਰ ਇੱਕ ਸ਼ੇਡ ਉਹਦੀ ਉਹ ਵੀ ਸੀ ਜਿਹੜੀ ਸਿਰਫ ਉਹਨੂੰ ਪਤਾ ਬੰਦ ਕਮਰੇ 'ਚ ਉਹ ਦੂਜਿਆਂ ਨੂੰ ਨਹੀਂ ਪਤਾ ਜਿਹੜੇ ਨਾਲ ਕ੍ਰਿਮੀਨਲ ਨੇ ਸੋ ਉਹ ਦੋਨੇ ਸ਼ੇਡਸ ਨੂੰ ਦਿਖਾਉਣਾ ਮੇਰੇ ਲਈ ਬਹੁਤ ਚੈਲੇਂਜਿੰਗ ਸੀਗਾ ਅਤੇ ਮੇਰੇ ਖਿਆਲ 'ਚ ਲੋਕ ਜਿਵੇਂ ਹੱਸ ਰਹੇ ਸੀ ਡਰ ਰਹੇ ਸੀ ਚੀਕਾਂ ਕੂਕਾਂ ਪੈ ਰਹੀਆਂ ਸੀ ਮੈਨੂੰ ਲੱਗਦਾ ਵੀ ਮੈਂ ਸਫਲ ਹੋਇਆ ਉਹਦੇ 'ਚ ਉਹੀ ਚੀਜ਼ ਆ ਨਾ ਇੱਕ ਐਂਗਲ 'ਤੇ ਆਪਾਂ ਲੋਕਾਂ ਨੂੰ ਹਸਾਉਣਾ ਵੀ ਆ ਇੱਕ ਐਂਗਲ 'ਤੇ ਲੋਕਾਂ ਨੂੰ ਆਪਣੇ ਥੋੜ੍ਹਾ ਡਰਾਉਣਾ ਵੀ ਆ ਉਹ ਚੀਜ਼ ਇੱਕ ਇੱਕੋ ਟਾਈਮ 'ਤੇ ਕਰਨੀ ਕਿੰਨੀ ਔਖੀ ਸੀ ਹਾਂ ਵੀਰੇ ਔਖੀ ਆ ਜਦੋਂ ਤੁਸੀਂ ਬਤੌਰ ਅਦਾਕਾਰ ਇੱਕ ਕਰੈਕਟਰ 'ਤੇ ਕੰਮ ਕਰਦੇ ਹੋ ਪਹਿਲਾਂ ਹੈ ਨਾ ਤੁਹਾਡੀ ਸਟੱਡੀ ਲਾ ਲਓ ਜਾਂ ਤੁਹਾਡਾ ਕੰਮ ਜਾਂ ਮਿਹਨਤ ਲਾ ਲਓ ਤੁਹਾਡੀ ਉਸ 'ਤੇ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਜੋ ਤੁਹਾਨੂੰ ਪਤਾ ਹੁੰਦਾ ਕਿ ਇਹਦਾ ਮੈਂ ਗ੍ਰਾਫ ਕਿੱਦਾਂ ਲੈ ਕੇ ਜਾਣਾ ਤਾਂ ਉਹ ਮੈਂ ਕੰਮ ਜ਼ਰੂਰ ਕਰਦਾ ਇੱਕ ਵਾਰੀ ਮੈਂ ਕਰੈਕਟਰ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕਰੈਕਟਰ ਦੀਆਂ ਜਿੰਨੇ ਵੀ ਲੇਅਰਸ ਹੁੰਦੀਆਂ ਉਹਨਾਂ ਨੂੰ ਖੋਲ੍ਹ ਕੇ ਖਿਲਾਰ ਕੇ ਉਹਦੇ ਵਿੱਚ ਵੜ ਕੇ ਸਾਰੀਆਂ ਚੀਜ਼ਾਂ ਵੀ ਆਹ ਇਹਦੇ ਵਿੱਚ ਹੋ ਸਕਦਾ ਹੋ ਸਕਦਾ ਕਰੈਕਟਰ ਤੋਂ ਬਾਹਰ ਨਾ ਜਾਵਾਂ ਤਾਂ ਉਹ ਚੀਜ਼ਾਂ ਨੂੰ ਫਿਰ ਮੈਂ ਜਦੋਂ ਕਰਦਾ ਅਜਮਾਉਣਾ ਬਾਕੀ ਮਹਾਰਾਜ ਦੀ ਕਿਰਪਾ ਕਿ ਮੇਰੇ ਤੋਂ ਕਰਵਾ ਲੈਂਦੇ ਆ ਉਹ ਅਤੇ ਬਾਕੀ ਜਿਹੜੇ ਮੇਰੇ ਨਾਲ ਦੇ ਜਿੰਨੇ ਵੀ ਐਕਟਰਸ ਹੁੰਦੇ ਆ ਉਹਨਾਂ ਦੇ ਰਿਸਪੌਂਸ ਨਾਲ ਵਧੀਆ ਹੋ ਜਾਂਦੀ ਹੈ ਜਿੱਦਾਂ ਗਿੱਪੀ ਬਾਈ ਨਾਲ ਵੀ ਤੁਹਾਡੀ ਗੱਲ ਹੁੰਦੀ ਸੀਗੀ ਸੋ ਹਾਊਸਫੁੱਲ ਵੀ ਜਾ ਰਹੇ ਨੇ ਹੈ ਨਾ ਪਹਿਲੀ ਫਿਲਮ ਮੈਂ ਇੱਦਾਂ ਹੀ ਦੇਖੀ ਜਿਹਦੇ ਪਹਿਲੇ ਦਿਨ ਦੀ ਜਿਹੜੇ ਸੋਲਡ ਆਊਟ ਜਾ ਰਹੇ ਨੇ ਸੋ ਸੋ ਕਿੰਨਾ ਕੁ ਚਾਹ ਉਹ ਚੀਜ਼ ਬਹੁਤ ਬਹੁਤ ਚਾਹ ਅਸੀਂ ਤਾਂ ਕੱਲ੍ਹ ਦੋ ਦਿਨ ਪਹਿਲਾਂ ਕੱਲ੍ਹ ਐਡਵਾਂਸ ਬੁਕਿੰਗ ਖੁੱਲ੍ਹੀ ਸੀ ਤਾਂ ਦੋ ਦਿਨ ਪਹਿਲਾਂ ਹੀ ਮਤਲਬ ਅਸੀਂ ਰਾਤ ਦੇਖਣ ਲੱਗ ਗਏ ਹਾਊਸਫੁੱਲ ਜਾਣ ਲੱਗ ਗਏ ਹੈ ਨਾ ਕਿਉਂਕਿ ਟ੍ਰੇਲਰ ਦਾ ਬਹੁਤ ਪਿਆਰ ਮਿਲ ਰਿਹਾ ਸੀਗਾ ਹੈ ਨਾ ਦਰਸ਼ਕਾਂ ਦਾ ਬੜੀ ਬੇਸਾਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਕਿ ਬਾਈ ਕਦੋਂ ਆਊ ਕਦੋਂ ਕਈਆਂ ਦਾ ਕਮੈਂਟ ਥੱਲੇ ਹੁੰਦੇ ਸੀ ਬਾਈ 23 ਤਰੀਕ ਬਾਹਲੀ ਦੂਰ ਲੱਗਦੀ ਹੈ
तो आई तो उन्होंने प्यार दिता और यह एक्सपैरीमेंट है है ना नवी चीज़ है जो गिप्पी भाई ऑलवेज़ करते हैं नवे कलाकार नवे राइटर डायरैक्टर तो लव यू गिप्पी भरे थैंक यू सो मच इन्ने सोने कहानी का मैनू किरदार देने लिए मेरे ते हमेशा फेथ करने लिए लव जिदा तुसी मास्टर हो तो इस फिल्म के मास्टर हो तुसी सच्ची गल है सो थैंक यू भाई इन्ना चंगा किरदार दे लई थैंक यू थैंक यू तो बिल्कुल साडा जगजीत भाई मौजूद ने सो भी क्रिमिनल वेख के आए हो सो किवें दा किवें दी फीलिंग मेरे को कैंची हुंदी ते मैं तेरे ढिड च मारनी सी यारां दोस्तां दी फिल्म आ हना ते अज की फीलिंग आई बड़ा वधिया लग्या यार असीं इकट्ठे गुरिंदर मेरा दोस्त है धीरज मेरा दोस्त है बहुत सारे दोस्त इस फिल्म च उन्होंने फिल्म बनाई है एंड बेस्ट चीज़ है कि उन्होंने मौका दिता प्रोडक्शन हाउस ने उन्होंने तो यह जी फिल्म जी कदे मनते ही नहीं प्रोड्यूसर तो उन्होंने एड्डा वड्डा रिस्क लैके फिल्म बनाई है ना तो ऑडियंस पसंद भी कर रही है तो मैंने लगता पसंद करूगी भी थोड़ा जहा जो चलता रहा थोड़ा जहा वक्रा है ना डार्क सिनेमा मैं मेरा तो फेवरेट है बिल्कुल कह सकते असी एक बा कमाल फिल्म के प्रीमियर शो से मौजूद हैं जी क्रिमिनल सो साडे नाल फिल्म के खास अदाकार भाई धीरज कुमार मौजूद ने सो फिर जिदा कि ना कि हर बार वक्रा ड्रेसिंग सेंस भी वक्री तो अदाकारी तो वक्री होंगी मैं कोशिश करता कि हाँ जो कोई नवा किरदार कर रहा उन्होंने ड्रैस भी नवी रखा सो कोशिश ही होंगी है मैं हर चीज़ चाहे मैं फैशन मैं लगता हों कि एक आपका स्टाइल होना चाहिए सो जो लोगों पसंद आए जी जो ट्रेलर रिलीज़ हुआ बहुत सारे लोगों के कमेंट भी आते थे सो पहले जो अज खुद वो चीज़ वेखी है ना तो की महसूस हो रहा है नहीं मैं बहुत इंजॉय किया क्योंकि मैं जिहड़ा बोली का पार्ट से वह नहीं देखा हुआ सी प्रिंस वीरे का पार्ट नहीं देखा हुआ सी तो मैं वो जो हूँ देखा तो मैं लग्या कि एक फुल पैकेज आ ये कॉमेडी भी आ ये थ्रिल भी आ ये रिलेशन की गल भी आ जी बहुत जरूरी है एक हसबेंड वाइफ दे जो अज के माहौल अज तुसी देखो कि टेक्नोलॉजी का वर्ड हैगा और कितने ना कितने असी रिश्तियां दी फील नू भुल गए अंदर साढ़े सब कुछ आ बट वो कह ही नहीं पाते और पुरानिया गल्लां मैं लगता कि जिहड़ियां असी पुरानिया गल्लां अंदर फसा के रखते हैं ना उन्हें छड़ देना चाहिए अगे नू देखो लाइफ बहुत खूबसूरत और मैं लगता कि जो डिसीजन अर्जुन ते माही एक दूजे लिए लास्ट दे विच सोचदे आ वो बहुत खूबसूरत जिदा ना कोई कहानी होंगी है कहानी चलती है बहुत जल्दी ना कहानी समझ लें पर क्रिमिनल इदा कहानी सानू खुद नहीं पता लगना भी अगे भी आ चीज़ लुकी हुई अगे नहीं नहीं देखो थ्रिल का जो आप शूट भी करते हैं बहुत टफ हों एक तो फ्लैट के शूट हैगा सी तो साउंड म्यूजिक वो शॉर्ट सिलैक्शन वो ऑडियंस ता ही उस चीज़ नाल जुड़ती है जे तुसी थ्रिल फिल्म कहिंदे हो जे वो थ्रिल ही पैदा नहीं कर पाई जे तुसी उहदा क्लाइमैक्स ही जज कर गए फिर मज़ा नहीं आना और मैं लगता कि इहदा क्लाइमैक्स जज हुंदा ही नहीं लास्ट पॉइंट तक भी बहुत चीज़ा ए लगदियां रहिंदियां ने भी इदा चीज़ा हो जाना इदा ना और एंड दे विच जो एक सब तो खूबसूरत पॉइंट आ जो मैसेज आ जो ऑडियंस कल देखूगी वो मैनू सब तो प्यारा पॉइंट लगता जो दोनों जने एक डिसीजन लेंगे जिदा जिते मैं जिते फिल्म छड़ी गई है कह सकते कि लोग पार्ट टू की बहुत बेसब्री नाल वेट कर बिल्कुल बनूगा जी पार्ट टू घंटा पहला ही सोचा जा चुका और सोचे समझे तरीके बनी है ये नहीं कि एक फिल्म चल जाती है तो आप दूजा पार्ट बना रहे नो यदा दूजा पार्ट प्रोपर डिजाइन हाँ जी स्टोरी क्लीयर सी तो चली जानी हाँ हाँ तो मैसेज की दोगे मैसेज मैं एडा सियाना नहीं है बट फिल्म देखो फिल्म देख के फिल्म बारे लिखियो जरूर तुहानू जो भी फील हो थैंक यू सो बिल्कुल जी अज असी एक क्रिमिनल फिल्म के प्रीमियर शो से मौजूद हाँ और ट्रेलर असी वेख्या ट्रेलर वेखन तो बाद कह सकते हैं कि मैंने पहली इदा की फिल्म लगी कि लोगों ने आप मुहारे एडवांस टिकटों की बुकिंग जी शुरू करती मतलब का साढ़े ना फिल्म के प्रोड्यूसर कह सकते हैं कि हंबल मोशन पिक्चर तो भाई मौजूद ने सो भी मतलब थोड़ा बहुत सारे फोन लोगों के आने होने भाई टिकट तो बाद बहुत ज्यादा इस पहला प्रीमियर से जो लोगों ने सू कह भी भाजी मैं प्रीमियर देखना जो मर्जी हो जाए अच्छा चीज़ लोग कहते हैं ना कि जो कोई वक्रा कॉन्सैप्ट आता तो हंबल मोशन पिक्चर के वालों उपराला किया जाता और लोगों उपराले लोग प्यार भी देंगे है ना जो तो चीज़ इदा का कॉन्सैप्ट सोचते होंगे कितना कितने जहाँ जहन चीज आँदी है बी रिस्क ना होदा ना होदा ना भाई सूँ यह लगता भी असी जिन्या फिल्म असं बनाने जो असी नहीं रिस्क लोगे तो बाकी भी नहीं लेंगे इस करके असी हरेक डिफरेंट डिफरेंट टाइम डिफरेंट डिफरेंट कॉन्सैप्ट लैके आने तो ऑडियंस सूँ प्यार दें वो सा हौसला बन जाता भी अगले बार नैक्सट लैके आइए कुछ नव जो फिल्म वेख रहे थे तो की चल रहा है मैंने फिल्म बहुत वधिया लगी जी मैंने इदा लगे भी ये फिल्म फैमिली देखने वाली है तो फैमिली पैकेज फिल्म है जी किरदारां दा जो तुसीं फिल्म तुहाडे कोल आई सी तां क्लीयर सी भी इन्हां किरदारां नाल ही ये कहानी करनी जी किरदार असीं साडा प्रोडक्शन हाउस दा एक रूल है कि सब कुछ पहलां करके फिर फ्लोर ते जाणा ईच एंड ईच करैक्टर ईच सारे जो स्क्रिप्ट डायलॉग सारा कुछ वो लैके फिर फ्लोर ते जाईदा जी साडे वालों कह सकते पूरी इंडस्ट्री वालों हंबल मोशन पिक्चर अं दिल तो शुक्रिया करते हैं क्योंकि साडे सिनेमे नूं तुसीं हमेशा ही उपर लैके गए और कुछ वक्खरा दिता
थैंक यू सो मच, ता भी बहुत बहुत धन्यवाद, ऑडियंस का सब तो ज़्यादा धन्यवाद जो साढ़े हरेक टाइम कॉन्सैप्ट नवे नवे पसंद करती है, तो सूँ हौसला मिलता है, इदा ही हौसला देंदे रहो, अं नवे नवे कॉन्सैप्ट लैके आते रहेंगे। थैंक यू भाई सिंह। बहुत भाई ब्लैस फील कर रहे हैं, बहुत खुश हाँ गे, जिनी मेहनत असी प्रोजेक्ट को बनाया साढ़े किरदार से असी कोशिश की अपना 100% देने की, तो जिमें रिस्पोंस मिल रहा सी ऑडियंस के देख के चीकां कूकां ताड़ियाँ जिथे डरना से उत्थे डर भी आ रहा है। सो मतलब असी जिहड़ी गल कहना चाहुंदे सी करैक्टर राही कहानी राही वो असी दर्शकों तक पहुँचाई और प्यार मिले, तो धन्यवाद सारा का, लव यू, बहुत प्यार सत्कार तुहाडा भी सारा का, बहुत बहुत धन्यवाद। मैं सिर्फ इन्नी गल कहूंगा कि सानू हमेशा रिश्ते नू टाइम देना चाहिए, कई बार असी एक ब्लॉक च फस जाने दोबारा कुछ भी सोचते नहीं, एक रिश्ते नू पहल करनी चाहिए है, कई बार सानू लगता दूसरा पहल करूंगा, पर मैनू लगता है कि जिथे भी तुसी खड़े हो उत्थों शुरुआत करनी चाहिए और रिलेशन की खूबसूरती यही होंगी है कि तुसी एक दूजे का बहुत ज़्यादा ख्याल रखते हो। सो अर्जुन के रूप च और माही के रूप में जो मैसेज लोगों को पहुँचा मैंने लगता है कि वह बहुत खूबसूरत है और हर हसबैंड वाइफ में यह फिल्म देखनी चाहिए है, बहुत प्यारी गल। थैंक यू। बिल्कुल भी एक देखो कहानी से डिमांड से करैक्टर जिदा का करैक्टर लिखा गया से, बाकी फिर डायरेक्टर के हाथ होंगे एक्टर तो किदा का करवाना, तो मेरी ये कोशिश सी कि दो शेर दिखाइए, जिहड़ा एक मास्टर जिन्हों देख के लोग डर रहे हैं, एक मास्टर है जिहड़ा किसी नहीं पता बंदर चो कला किदा का, तो मेरे ख्याल चो दिखाने चो कामयाब होया मैं, फिर ये सारा श्रेय जाता साढ़े डायरेक्टर साहब नूं, साढ़े राइटरां डायलॉग कहानी ते साढ़े सारे को जिन्हें भी एक्टर सी उन्होंने साथ नाल ही एक करैक्टर है जिहड़ा मतलब हर एक करैक्टर है जिहड़ा सही निभाया जाता है। सो मेरे ख्याल असीं सब लोग मेरा फस्ट रिएक्शन ये भी मैं ये कहानी है मैं कहना चाहना, पर मैनू ये दिक्कत थी भी ये कहानी पंजाब कौन कहूगा जो पैसे लाऊगा है ना, क्योंकि ये बहुत बड़ा चैलेंज आ भी जो तुम मैं पिछले साल डेढ़ साल तो मतलब 10-12 कहानियां लेके घूम रहा सी जिहड़ियां यही जोन दियां जां कुछ ए आ, पर तुसी कि कोई बंदा छोटे ते ट्रस्ट करे ते तुसी उन्हूं मनावो, मेरे लिए सब तो वड्डी गल सी है ना, गिप्पी बाई ने ट्रस्ट किया, मैं उन्होंने स्टोरी सुनाई, मैं एक 2 फरवरी की गल आ मैं उन्होंने रात को 11 बजे कहानी सुनाई, वह कहिंदे यार बहुत सोहनी आ, ते 11:30 बजे उन्होंने मैंने कहा भी यह करते हैं 2 तरीक नूं, ते असी मतलब इन्ना तो टाइम ही नहीं लग्या ते ऑन गो उन्होंने ट्रस्ट किया, आप उन्होंने ट्रस्ट मोड़ता बदवारे। धीरज ते मैं क्लासमेट हाँ तो असीं पढ़े कट्ठे हाँ, तो मतलब उन्हां धीरज बारे ये नहीं जानता जिन्ना मैं जानता, तो मतलब मैनूं पता भी कि केड़ी सोच चैलेंज सी मेरे वास्ते छिंदा दे करैक्टर नूं ब्रेक करना, ते मैनूं इह सी कि कोई किरदार इदां दा मिले जिहड़ा मेरी इस बनी हुई एक जिदां कह दईए अपना एक फेस बन जांदा है कि हाँ अगर ऐसे उन्हूं ब्रेक करे तां अर्जुन तो अच्छा करैक्टर मैनूं नहीं लगदा सी। रिएक्शन शुरू तो पहला नर्वसनैस सी, पर जदों सैट ते मैम बहुत ज़्यादा प्रोफेशनल एंड जिवें कि साढ़े सारे की फेवरेट हैगी है, बट जदों आप करैक्टर के कहानी के बिच घुल जाते हैं तो फिर बहुत जिवें कि फिर ए लग्या कि हाँ यार जो ये मान लिया, तो बाकी साढ़े डायरेक्शन टीम जिन्होंने बहुत डिटेल काम किया हुआ 16 ड्राफ्ट का जो शुरू किया, सो सारे का ही साथ होंगे, एक टीम वर्क आ कलैक्टिव आर्ट आ, तो फिर पता ही नहीं लगे। बहुत गल्लां हैगियां ने नाल बहुत चीजां मतलब ये
ਇਹ ਤੁਸੀਂ ਮਤਲਬ ਮੈਨੂੰ ਐ ਲੱਗਦਾ ਵੀ ਤੁਸੀਂ ਇਦਾਂ ਦੀ ਪਰਸਨਲ ਲਾਈਫ ਤੋਂ ਬਿਨਾ ਪ੍ਰੋਫੈਸ਼ਨਲ ਲਾਈਫ ਦੇਖੋ ਤਾਂ ਵਧੀਆ ਹੈ ਨਾ ਕਿਉਂਕਿ ਉਹੀ ਜ਼ਰੂਰੀ ਹੁੰਦੀ ਆ ਉਹੀ ਆਡੀਅੰਸ ਤੱਕ ਪਹੁੰਚਣੀ ਚਾਹੀਦੀ ਆ ਪਰਸਨਲ ਲਾਈਫ ਬੰਦੇ ਦੀ ਅੱਡ ਹੁੰਦੀ ਆ ਕੋਈ ਕਿਰਦਾਰ ਹੁਣ ਮਾਸਟਰ ਉਹ ਜਾਂ ਕਿਰਦਾਰ ਆ ਉਹ ਕ੍ਰੀਏਟ ਕੀਤਾ ਹੋਇਆ ਉਹਦੀ ਪਰਸਨਲ ਲਾਈਫ ਨਾਲ ਉਹਦੀ ਚੀਜ਼ ਮਤਲਬ ਤੁਸੀਂ ਜਾਣੋਗੇ ਉਹ ਠੀਕ ਆ ਇੱਕ ਫੈਕਟ ਹੈਗਾ ਵੀ ਤੁਹਾਨੂੰ ਫਨ ਮਿਲਦਾ ਹੈ ਨਾ ਪਰ ਨਹੀਂ ਮਤਲਬ ਮੈਨੂੰ ਲੱਗਦਾ ਵੀ ਅਸੀਂ ਗੁਪਤ ਰੱਖਣਾ ਚਾਹਾਂਗੇ क्योंकि नवा सिनेमा जी नवी कहानी है नवे किरदार ने और दर्शकों की बहुत मतलब एक शिकायत ला लो या रीझ ला लो रही सी कि कुछ वक्री तरह का सिनेमा आए भी इको तरह दिया कहानियां बन रही सो ये गिप्पी भाई उन्होंने रिस्क लेता ऑलवेज वो मतलब एक्सपेरीमेंट करते रहते हैं तो असी इस जगह जी है ना जिते बहुत पॉइंट बहुत सोहना ਅਤੇ ਉਹ ਗਾਣਾ ਬੇਸਿਕਲੀ ਸਾਰੀ ਥ੍ਰਿਲਰ 'ਚ ਮੈਂ ਗਾਣਾ ਰੱਖਣਾ ਨਹੀਂ ਚਾਹੁੰਦਾ ਸੀ ਕਿਉਂਕਿ ਤੁਸੀਂ ਦੇਖਿਆ ਹੋਣਾ ਸਾਰੀ ਫਿਲਮ 'ਚ ਇੱਕ ਹੀ ਗਾਣਾ ਬੇਸਿਕਲੀ ਪ੍ਰੈਕਟੀਕਲੀ ਤਾਂ ਉਹ ਜਿਹੜਾ ਉਹ ਪੁਆਇੰਟ ਸੀ ਨਾ ਤਾਂ ਉਹ ਗਾਣਾ ਵੀ ਹੈਪੀ ਬਾਈ ਨੇ ਬਹੁਤ ਸੋਹਣਾ ਲਿਖਿਆ ਅਤੇ ਉਹ ਆਵਾਜ਼ ਵੀ ਉਹਨਾਂ ਨੇ ਬਹੁਤ ਸੋਹਣੀ ਦਿੱਤੀ ਤਾਂ ਉੱਥੇ ਬਿਲਕੁਲ ਐਂ ਜਾਂਦਾ ਟੁੱਕਦਾ ਤਾਂ ਇਸ ਕਰਕੇ ਉਹ ਰੱਖਿਆ ਸੀ ਆਓ ਜੀ ਡਿੱਗ ਪੈਂਦਾ ਉਹਦੀ ਟੂਚ ਕੈਂਚੀ ਵੱਜੀ ਮਰ ਗਿਆ ਨੇ ਮੇਰੇ ਨੀ ਆਇਆ ਦੇਖਿਆ ਭਾਜੀ ਮੈਂ ਮਰ ਗਿਆ ਮੈਂ ਕਿਹਾ ਨਹੀਂ ਤੁਹਾਨੂੰ ਐਟ ਦਾ ਐਂਡ ਤੱਕ ਰੱਖੂਗਾ ਟੈਨਸ਼ਨ ਨੀ ਲੈਣੀ ਤੇ ਤੁਹਾਡੇ ਨਾਲ ਸਾਰੀ ਫਿਲਮ ਅੱਗੇ ਪਲੇ ਹੋਊਗੀ ਬਾਕੀ ਉਹ ਹੋਈ ਵੀ ਆ ਤੁਸੀਂ ਦੇਖਿਆ ਫਿਰ ਨਵੀਨ ਨੇ ਸਕ੍ਰੀਨ ਪਲੇ ਤੇ ਸਟੋਰੀ ਲਿਖੀ ਵਨੀਤ ਤੇ ਵਿਸ਼ਾਲ ਦੋਨਾਂ ਨੇ ਡਾਇਲੋਗਸ ਲਿਖਿਆ ਕਿਨਵਾ ਡਰਾਫਟ ਨਹੀਂ ਨਹੀਂ ਇਹ ਬਹੁਤ ਵਧੀਆ ਜੀ ਇਹਨਾਂ ਦਾ ਬੇਸਿਕਲੀ ਮੇਰਾ ਕੰਮ ਤੁਹਾਨੂੰ ਤਾਂ ਹੀ ਦਿਖਿਆ ਕਿਉਂਕਿ ਮੈਂ ਇਹਨਾਂ ਤੋਂ ਬਹੁਤ ਮੱਥਾ ਮਰਾਇਆ ਮੈਂ ਤਾਂ ਰਾਤ ਨੂੰ 2 ਵਜੇ ਵੀ ਫੋਨ ਕਰਕੇ ਕਹਿੰਦਾ ਸੀ ਯਾਰ ਆਹ ਸੀਨ ਮੈਨੂੰ ਸੋਹਣਾ ਹੀ ਲੱਗ ਰਿਹਾ ਇਹਨੂੰ ਦੁਬਾਰੇ ਲਿਖੋ ਪਰ ਵਧੀਆ ਲੱਗਿਆ ਵੀ ਇਹ ਬਹੁਤ ਇੱਕ ਬੇਸਿਕਲੀ ਇੱਕ ਟੀਮ ਵਰਕ ਹੁੰਦਾ ਜਦੋਂ ਆਪਾਂ ਕੰਮ ਕਰ ਰਹੇ ਹੁੰਦੇ ਹਾਂ ਐਕਟਰਸ ਨੇ ਪਲੇ ਕੀਤਾ ਰਾਈਟਰ ਨੇ ਲਿਖਿਆ DOP ਨੇ ਪਲੇ ਕੀਤਾ ਉਹਦੂ ਬਾਅਦ ਡਿਸਟ੍ਰੀਬਿਊਸ਼ਨ ਤੱਕ ਸਾਰਿਆਂ ਦਾ ਹੀ ਇੱਕ ਟੀਮ ਵਰਕ ਹੁੰਦਾ ਹੈ ਨਾ ਅਤੇ ਸਾਰਿਆਂ ਦੀ ਫਿਲਮ ਆ ਬੇਸਿਕਲੀ ਹੁਣ ਤੁਹਾਡੀ ਆ ਤੁਸੀਂ ਪ੍ਰਮੋਟ ਕਰ ਰਹੇ ਹੋ ਨੈਸ਼ਨਲ ਸਿਨੇਮਾ ਡੇ ਆ 75 ਰੁਪਏ ਟਿਕਟ ਹੈਗੀ ਤੇ ਉਹਦਾ ਰਿਸਪੌਂਸ ਸਾਨੂੰ ਆਲਰੇਡੀ ਮਿਲ ਰਿਹਾ ਹੈ ਪਰਸੋਂ ਨੂੰ ਰਹੇਗੀ ਪਰਸੋਂ ਨੂੰ ਮਿਲਣੀ ਨਹੀਂ ਹੈਗੀ ਕਿਉਂਕਿ ਹਾਊਸਫੁੱਲ ਹੋ ਚੁੱਕੀ ਆ ਕਿਰਪਾ ਕਰੇ ਸਾਰੇ ਪਾਸੇ ਹਾਊਸਫੁੱਲ ਜਾ ਰਹੇ ਸੋ ਪਰਸੋਂ ਨੂੰ ਚੌਥੇ ਨੂੰ ਜਦੋਂ ਵੀ ਆ ਫਿਲਮ ਦੇਖਿਓ ਤੁਹਾਡੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਸਮੇਂ 'ਚੋਂ ਕੱਢ ਕੇ ਟਾਈਮ ਕੱਢ ਕੇ ਤੁਸੀਂ ਆਏ ਅਤੇ ਰਿਵਿਊ ਜ਼ਰੂਰ ਦਿਓ ਆਪਣੇ ਜਿੰਨੇ ਵੀ ਤੁਸੀਂ ਦਰਸ਼ਕੋ ਫਿਲਮ ਦੇਖੋਗੇ ਰਿਵਿਊ ਸਾਂਝੇ ਕਰਿਓ ਸਾਨੂੰ ਟੈਗ ਕਰਿਓ ਅਸੀਂ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਲਵ ਯੂ ਮੈਂ ਇੱਕ ਮਤਲਬ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਪਲੀਜ਼ ਰਿਕੁਐਸਟ ਕਰਨਾ ਚਾਹੁੰਦਾ ਮੈਂ ਚਾਹੁੰਦਾ ਵੀ ਤੁਸੀਂ ਆਪਦੇ ਪਰਸਨਲ ਵਿਊਜ਼ ਵੀ ਜਿਹੜੇ ਤੁਸੀਂ ਦੇਖੀ ਆ ਫਿਲਮ ਤੁਸੀਂ ਵੀ ਉਹ ਕਰਦੇ ਹੋ ਡਿਪਿਕਟ ਕਰਦੇ ਹੋ ਤੇ ਚਾਹੇ ਉਹ ਚੰਗੇ ਆ ਚਾਹੇ ਮਾੜੇ ਆ ਕੋਈ ਫਰਕ ਨਹੀਂ ਪੈਂਦਾ ਪਰ ਇਹ ਫਰਕ ਪੈਂਦਾ ਵੀ ਫਿਲਮ ਨੂੰ ਅਸੀਂ ਉਸ ਹਿਸਾਬ ਨਾਲ ਮੋਟੀਵੇਟ ਹੁੰਦੇ ਹਾਂ ਵੀ ਹਾਂ ਆਇਆ ਜਾ ਸਿਨੇਮਾ ਅੱਛਾ ਇਹਦੇ 'ਚ ਆਹ ਫਲੋ ਲੱਗ ਰਿਹਾ ਲੋਕਾਂ ਨੂੰ ਤਾਂ ਅਸੀਂ ਅੱਗੇ ਨੂੰ ਤਿਆਰ ਰਵਾਂਗੇ ਵੀ ਆਪਾਂ ਇਹੋ ਜਿਹੀ ਫਿਲਮ ਬਣਾਉਣੀ ਸਾਡੇ ਨਾਲ ਬਹੁਤ ਖਾਸ ਅਦਾਕਾਰ ਮੌਜੂਦ ਨੇ ਮੈਮ ਰਾਜੀ ਅਕਸਰ ਅਸੀਂ ਇਹਨਾਂ ਨੂੰ ਮਿਲਦੇ ਹੁੰਦੇ ਹਾਂ ਸੋ ਇਹਨਾਂ ਤੋਂ ਰਿਵਿਊ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਨਾ ਜੇ ਜਿਹੜੀ ਚੀਜ਼ ਨੇ ਪਾਸ ਕਰਤੀ ਉਹ ਸੱਚੀ ਪਾਸ ਹੁੰਦੀ ਆ ਸੋ ਕ੍ਰਿਮੀਨਲ ਵਰਗੀ ਇਹ ਗੱਲ ਪੱਕੀ ਹੈ ਪੱਕੀ ਗੱਲ ਹੈ ਮੈਮ ਜਦੋਂ ਤੁਸੀਂ ਕਹਿੰਦੇ ਨਾ ਮੋਹਰ ਲੱਗ ਜਾਂਦੀ ਹੈ ਕਿ ਵੀ ਆਹ ਚੀਜ਼ ਪੱਕੀ ਆ ਫਿਰ ਸਾਡੇ ਮੈਂ ਸੱਚੇ ਵਿਊ ਦੇਣੀ ਆ ਸਾਡੇ ਸੁਣਨ ਨਾਲ ਤੁਹਾਡੇ ਯਕੀਨ ਬਹੁਤ ਕਰਦੇ ਆ ਅੱਛਾ ਨਹੀਂ ਮੈਨੂੰ ਬਹੁਤ ਸੋਹਣੀ ਫਿਲਮ ਲੱਗੀ ਇਹ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਸੀਗਾ ਜੇ ਮੈਂ ਕੋਮੇਡੀ ਕਹਾਂ ਤਾਂ ਕੋਮੇਡੀ ਵੀ ਸੀਗੀ ਰਘਵੀਰ ਬੋਲੀ ਨੇ ਬਹੁਤ ਸੋਹਣਾ ਕੋਮੇਡੀ ਦੇ ਨਾਲ ਨਾਲ ਥ੍ਰਿਲਰ ਜਿਹੜਾ ਇਹਦੇ ਵਿੱਚ ਪੇਸ਼ ਕੀਤਾ ਆ ਅਤੇ ਰਿਸ਼ਤੇ ਨਾਤਿਆਂ ਦੀ ਫਿਲਮ ਸੀਗੀ ਠੀਕ ਹੈ ਇੱਕ ਫੈਮਿਲੀ ਦੀ ਪਰਿਵਾਰਕ ਰਿਸ਼ਤੇ ਨਾਤੇ ਹਸਬੈਂਡ ਵਾਈਫ ਦੇ ਰਿਲੇਸ਼ਨ ਦੀ ਫਿਲਮ ਸੀਗੀ ਕ੍ਰਾਈਮ ਦੀ ਅੱਜ ਕੱਲ੍ਹ ਜੋ ਵਰਲਡ ਲੈਵਲ 'ਤੇ ਕ੍ਰਾਈਮ ਹੋ ਰਿਹਾ ਤੋ ਕ੍ਰਾਈਮ ਦੀ ਸਟੋਰੀ ਬਿਆਨ ਕਰਦੀ ਸੀਗੀ ਅਤੇ ਇੱਕ ਜਿਹੜੀ ਮੈਨੂੰ ਬਹੁਤ ਵੱਡੀ ਗੱਲ ਲੱਗੀ ਪੁਲਿਸ ਦੀ ਪੋਜ਼ਿਟਿਵਿਟੀ ਦੀ ਸੀਗੀ ਗੱਲ ਛਣਕਾਟੇ ਚੁੱਕ ਕੇ ਉਹ ਚ ਪਾਤੇ ਐਡਿਟ ਕਰਤੇ ਉਹ ਸੀਗਾ ਤਿਆਰੀ ਚੱਲਦੀ ਛਣਕਾਟਾ ਦੀ ਚੱਲਦੀ
ਨਹੀਂ ਨਹੀਂ ਕੀ ਯਕੀਨ ਹੈ ਫਿਊਚਰ ਕੀ ਕਿਹੜੇ ਪ੍ਰੋਜੈਕਟ ਆ ਰਹੇ ਮੇਰੇ 7-8 ਮੂਵੀਜ਼ ਹੈਗੀਆਂ ਨੇ ਗੋਲ ਗੱਪੇ ਫਿਲਮ ਬਿੰਨੂ ਭਾਜੀ ਦੀ ਹੈਗੀ ਆ ਨੀਰੂ ਮੈਮ ਦੀ ਅਤੇ ਸਤਿੰਦਰ ਸਰਤਾਜ ਦੀ ਕਲੀ ਜੋਟਾ ਹੈਗੀ ਹੈ ਧੀਰਜ ਵੀਰੇ ਦੀ ਹੈਗੀ ਆ ਤੂੰ ਜੁਦਾ ਅਤੇ ਇੱਕ ਹੈਗਾ ਤੇਰਾ ਮੇਰਾ ਮਿਲਣਾ ਇੱਕ ਤੇਰੇ ਲਈ ਹੈ ਅਤੇ ਕਾਫੀ ਸਾਰੀਆਂ ਮੂਵੀਜ਼ ਹੈਗੀਆਂ ਨੇ ਤਾਂ ਰੰਗ ਭਗ ਲੱਗੇ ਰਹਿਣ ਸੋ ਇੰਨੇ ਐਕਟਿਵ ਕਿਵੇਂ ਰਹਿੰਦੇ ਹੋ ਰੀਲਾਂ 'ਤੇ ਵੀ ਐਕਟਿਵ ਹੁੰਦੇ ਹੋ ਹਰ ਪ੍ਰੀਮੀਅਰ 'ਤੇ ਵੀ ਆਉਂਦੇ ਹੋ ਔਰ ਬੋਲਦੇ ਹੋ ਜਦੋਂ ਅਜੇ ਅਸੀਂ ਵੀ ਥੱਕ ਜਾਂਦੇ ਵੀ ਯਾਰ ਬਹੁਤ ਹੋ ਗਿਆ ਪਰ ਤੁਸੀਂ ਉੱਨੀ ਐਨਰਜੀ ਦੇ ਨਾਲ ਉੱਨੀ ਐਕਟਿਵ ਬੋਲਦੇ ਹੋ ਕਾਰਨ ਕੀ ਇੰਨੀ ਭਾਈ ਅੱਜ ਤਾਂ ਮੈਂ ਸੌਣ ਲੱਗੇ ਅੱਜ ਤਾਂ ਮੈਂ ਕੁਛ ਖਾ ਕੇ ਆਈ ਹਾਂ ਤਾਂ ਬੋਲਿਆ ਜਾ ਰਿਹਾ ਅੱਗੇ ਕੀ ਹੈ ਮੈਂ ਤਾਂ ਕੀ ਖਾਣਾ ਸੈਂਡਵਿਚ ਖਾ ਕੇ ਆਈ ਸੀ ਸਵੇਰ ਦੀ ਇੱਦਾਂ ਹੀ ਭੁੱਖੀ ਫਿਰਦੀ ਸੀਗੀ ਕਹਿੰਦੇ ਨੇ ਵੀ ਪਤਾ ਨਹੀਂ ਕੀ ਤੁਹਾਡੇ 'ਚ ਨਾ ਕੀ ਇੱਦਾਂ ਦੀ ਕਿੱਦਾਂ ਤੁਸੀਂ ਬਹੁਤ ਐਕਟਿਵ ਰਹਿੰਦੇ ਹੋ ਹਰ ਵਕਤ ਮੈਂ ਨਾ ਕਈ ਵਾਰ ਭੱਜ ਨਾ ਠੈਨੀ ਹੁੰਦੀ ਹੈ ਕਿ ਮੇਰੇ ਤੋਂ ਪ੍ਰੋਪਰ ਖਾਧਾ ਨਹੀਂ ਜਾਂਦਾ ਅਤੇ ਫਿਰ ਮੇਰੀ ਮੈਨੂੰ ਉਹ ਐਨਰਜੀ ਨਹੀਂ ਹੁੰਦੀ ਅੱਜ ਮੈਂ ਨਾ ਇੱਥੇ ਆਉਣ ਤੋਂ ਪਹਿਲਾਂ ਮੈਂ ਜਸ਼ਨ ਨੂੰ ਕਿਹਾ ਮੇਰੇ ਨਾਲ ਸੀਗਾ ਮੈਂ ਕਿਹਾ ਜਸ਼ਨ ਸੈਂਡਵਿਚ ਲੈ ਕੇ ਆ ਮੈਨੂੰ ਉੱਥੇ ਬੋਲਣਾ ਵੀ ਪੈਣਾ ਗਾਲਾਂ ਨਹੀਂ ਕੱਢਦੇ ਵੀ ਜਦੋਂ ਮਿਲਦਾ ਹਰ ਵਾਰੀ ਮੱਥੇ ਲੱਗ ਜਾਂਦੇ ਕਦੀ ਵੀ ਨਹੀਂ ਲੈ ਆਪਣਿਆਂ ਨੂੰ ਕੋਈ ਗਾਲਾਂ ਕੱਢਦਾ ਹੁੰਦਾ ਨਾ ਬਹੁਤ ਵਧੀਆ ਲੱਗਦਾ ਮੈਨੂੰ ਅਤੇ ਜਦੋਂ ਵੀ ਕੋਈ ਆਪਣਾ ਕੋਈ ਬੁਲਾਉਂਦਾ ਆ ਹੈ ਨਾ ਆਪਾਂ ਜ਼ਰੂਰ ਆਈਦਾ ਕੋਈ ਮਤਲਬ ਆਪਣਾ ਪਰਿਵਾਰ ਹੈ ਮੈਨੂੰ ਇੱਦਾਂ ਕਦੇ ਨਹੀਂ ਹੁੰਦਾ ਵੀ ਮੈਂ ਇੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਮੈਂ ਹਰ ਥਾਂ 'ਤੇ ਜਾਂਦੀ ਹਾਂ ਕੋਈ ਇੱਦਾਂ ਦਾ ਨਹੀਂ ਹੈਗਾ ਸੋ ਐਕਟਿਵ ਹੋਣਾ ਪਰਮਾਤਮਾ ਘਰੇ ਇੱਦਾਂ ਹੀ ਰਹਾਂ ਇਹ ਤੁਸੀਂ ਕਿਹਾ ਮੈਂ ਵੀ ਰਹਾਂ ਹੱਸਦੇ ਵਾਸਤੇ ਰਹੋ ਅਤੇ ਇੱਦਾਂ ਹੀ ਆਪਾਂ ਖੇੜੇ ਮੱਥੇ ਮਿਲਦੇ ਰਹੇ ਥੈਂਕ ਯੂ ਜਸ ਅਤੇ ਅਸੀਂ ਫਿਲਮ ਦੇ ਪ੍ਰੀਮੀਅਰ ਸ਼ੋਅ 'ਤੇ ਮੌਜੂਦ ਹਾਂ ਫਿਲਮ ਦਾ ਨਾਮ ਹੈ ਕ੍ਰਿਮੀਨਲ ਸੋ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਕ੍ਰਿਮੀਨਲ ਨੂੰ ਬਣਾਇਆ ਕ੍ਰਿਮੀਨਲ ਨੂੰ ਕ੍ਰੀਏਟ ਕੀਤਾ ਬਾਈ ਗੁਰਿੰਦਰ ਸਿੱਧੂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਵਧੀਆ ਜੀ ਚੜ੍ਹਦੀ ਕਲਾ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੀ ਐਕਸਾਈਟਮੈਂਟ ਤੁਹਾਡੀ ਦੱਸ ਰਹੀ ਹੈ ਕਿ ਜਿਸ ਚੀਜ਼ ਨੂੰ ਤੁਸੀਂ ਬਣਾਇਆ ਸਕਸੈਸ ਹੋ ਗਈ ਸਫਲ ਹੋ ਹਾਂ ਬਈ ਲੋਕਾਂ 'ਤੇ ਆ ਵੀਰੇ ਜਿਨ੍ਹਾਂ ਨੇ ਮਤਲਬ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਹੁਣ ਫਿਲਮ ਨੂੰ ਵੀ ਇੰਨਾ ਪਿਆਰ ਦੇਣਗੇ ਮਤਲਬ ਮੈਨੂੰ ਲੱਗਦਾ ਵੀ ਲੋਕ ਹੀ ਆ ਜ਼ਿੰਮੇਵਾਰ ਇਸ ਚੀਜ਼ ਸਟੋਰੀ ਲਾਈਨ ਦੀ ਗੱਲ ਕਰੀਏ ਜਦੋਂ ਤੁਸੀਂ ਟ੍ਰੇਲਰ ਵੀ ਵੇਖਿਆ ਸੀਗਾ ਅਤੇ ਕਿਤੇ ਨਾ ਕਿਤੇ ਚੀਜ਼ ਤੁਹਾਡੇ ਜਹਿਨ 'ਚ ਵੀ ਹੋਣੀ ਹੈ ਵੀ ਕਿਤੇ ਇਹ ਜਿਹੜਾ ਅਸੀਂ ਬਣਾ ਰਹੇ ਹਾਂ ਕਿਤੇ ਵਾਰਨਿੰਗ ਦੀ ਝਲਕ ਤਾਂ ਨਹੀਂ ਆਜੂ ਕਿਤੇ ਪੂਰੇ 'ਚੋਂ ਪੰਮਾ ਤਾਂ ਨਹੀਂ ਝਲਕ ਤੁਹਾਡੇ ਜਹਿਨ 'ਚ ਸੀਗਾ ਮੈਂ ਪ੍ਰੋਪਰ ਧਿਆਨ ਰੱਖਿਆ ਵੀ ਪੰਮਾ ਨਹੀਂ ਆਉਣਾ ਚਾਹੀਦਾ ਤੁਸੀਂ ਪ੍ਰਿੰਸ ਬਾਈ ਦੀ ਆਵਾਜ਼ ਦੇਖੋ ਤੁਸੀਂ ਉਹਨੂੰ ਇੱਕ ਵੀ ਉਹਦੇ 'ਚੋਂ ਕਿਉਂਕਿ ਉਹ ਹਸਕ ਆ ਉਹਨਾਂ ਦੀ ਆਵਾਜ਼ 'ਚ ਉਹ ਰੱਖਿਆ ਮੈਂ ਹਾਂ ਸਵਾਦ ਆਉਣਾ ਬੰਦਾ ਮਾਰੇ ਉਹ ਜਾਣ ਬੂਝ ਕੇ ਰੱਖਿਆ ਗਿਆ ਹੈ ਨਾ ਤਾਂ ਹੈ ਵੀ ਉਹ ਕੰਮ ਕੀਤਾ ਹੋਇਆ ਉਹਦੇ ਹਾਂ ਜਿੱਦਾਂ ਨਾ ਕਿੱਥੇ ਜਿੱਥੇ ਫਿਲਮ ਛੱਡੀ ਗਈ ਹੈ ਲੋਕਾਂ ਨੇ ਉਹ ਚੀਜ਼ ਫੜ ਲਈ ਵੀ ਪਾਰਟ 2 ਸੋ ਇਹ ਮੈਂ ਬਾਈ ਹੋਰਾਂ ਨਾਲ ਗੱਲ ਕਰਦੀ ਅਸੀਂ ਪਹਿਲਾਂ ਦੀ ਪ੍ਰਪੇਅਰ ਹਾਂ ਵੀ ਪਾਰਟ 2 ਬਣਨਾ ਹੀ ਹੈ ਪਹਿਲਾਂ ਹੀ ਕਲੀਅਰ ਹੈ ਦੇਖੋ ਇਹ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤੁਹਾਨੂੰ ਸਰਪ੍ਰਾਈਜ਼ ਵੀ ਹੋ ਸਕਦਾ ਹੋ ਜੇ ਹਜੇ ਕੁਝ ਨਹੀਂ ਕਹਿ ਸਕਦਾ ਤੁਹਾਡੇ ਤੋਂ ਉਮੀਦਾਂ ਬਹੁਤ ਜਾਣਗੀਆਂ ਜ਼ਿੰਮੇਵਾਰੀ ਤੁਹਾਡੇ ਤੋਂ ਹੋਰ ਵੱਧ ਜਾਣੀ ਹੈਗੀ ਮਤਲਬ ਜਦੋਂ ਇਹ ਚੀਜ਼ ਇੰਨੇ ਹੀ ਪਿਆਰ ਮਿਲ ਗਿਆ ਫਿਰ ਆਪਦਾ ਵੀ ਇੱਦੂ ਉੱਪਰ ਹੁਣ ਕੀ ਕਰੀ ਆ ਜਾਓ ਬਾਈ ਉਰਾਓ ਇੱਕ ਸੈਂਡ ਪਾਨਾ ਭਾਜੀ ਵੀ ਜਿੱਦਾਂ ਕਿ ਬਾਈ ਨੇ ਟਰੱਸਟ ਕੀਤਾ ਸਾਡੇ ਤੇ ਪਾਨਾ ਬਾਈ ਸਾਡੇ ਭਰਾ ਜਿਨ੍ਹਾਂ ਨੇ ਟਰੱਸਟ ਕੀਤਾ ਤਾਂ ਤੁਸੀਂ ਕ੍ਰਿਮੀਨਲ ਦੇਖ ਰਹੇ ਹੋ ਬਾਈ ਨੂੰ ਪੁੱਛੋ ਅਸੀਂ 11 ਵਜੇ ਗਏ ਸੀ ਦੋਨਾਂ ਨੇ 11:30 ਵਜੇ ਬਾਈ ਨੇ ਕਿਹਾ ਤੇ ਗਿੱਪੀ ਬਾਈ ਨੇ ਕਿਹਾ ਵੀ ਚੱਕ ਦਿਓ ਕੰਮ ਠੀਕ ਹੈ ਗੱਲ ਕਰਦੇ ਅਸੀਂ ਪਾਰਟ 2 ਦੀ ਲੋਕ ਉਡੀਕ ਕਰਨਗੇ ਮੜਾ ਕਰ ਦੋ ਅਨਾਉਂਸਮੈਂਟ ਵੀ ਕਦੋਂ ਜੀ ਇਹਨਾਂ ਨੇ ਸਟੋਰੀ ਲੈ ਕੇ ਆਉਣੀ ਹੈ ਅਨਾਉਂਸਮੈਂਟ ਤਾਂ ਹੋ ਗਈ ਆਲਰੇਡੀ ਜੀ ਥੈਂਕ ਯੂ ਜੀ ਹਾਂ ਠੀਕ ਹੈ ਬਾਈ ਦੇਖੋ ਇਹ ਜਦੋਂ ਤੁਸੀਂ ਐਡੀ ਕਹਾਣੀ ਕਰਦੇ ਹੋ ਨਾ ਜਿਵੇਂ ਹੁਣ ਅਸੀਂ ਇਹਦੇ ਹੋਮਵਰਕ ਬਹੁਤ ਸੀ ਅਸੀਂ 15 ਡਰਾਫਟ ਕੀਤੇ ਆ ਜੇ ਮੈਂ ਹੁਣੇ ਕਹਾਂ ਵੀ ਅਸੀਂ ਫਿਲਮ ਬਣਾ ਰਹੇ ਹਾਂ ਤਾਂ ਮਤਲਬ ਬਚਕਾਨੀ ਗੱਲ ਹੋਊਗੀ ਹੈ ਨਾ ਕਿਉਂਕਿ ਜੇ ਅਸੀਂ ਇਸ ਫਿਲਮ ਨੂੰ ਘੜਨ ਲਈ ਅਸੀਂ ਇੰਨਾ ਟਾਈਮ ਲਵਾਂ ਮਹੀਨਾ ਸਵਾ ਮਹੀਨਾ ਅਸੀਂ ਸਕ੍ਰਿਪਟ 'ਤੇ ਮੈਂ ਨਵੀਨ ਵਿਸ਼ਾਲ ਵਨੀਤ ਅਸੀਂ ਦਿਨ ਰਾਤ 4 ਘੰਟੇ ਸੌਣਾ ਜਿਹੜਾ ਵਿੱਚ ਲਾ ਸਕਦੇ ਹੋ ਵੀ ਅਸੀਂ ਐਂ ਬੈਠੇ ਹਾਂ ਹੈ ਨਾ ਹਾਂ ਵੀ ਇਹ ਕਹਿਣਾ ਵੀ ਹਾਂ ਹੁਣੇ ਤੂੰ ਇਹ ਕਹਿਣਾ ਵੀ ਦੂਜੀ ਆ ਰਹੀ ਆ ਨਹੀਂ ਇਹ ਤਾਂ ਜੇ ਕਹਾਣੀ ਪ੍ਰੋਪਰ ਉਸ ਕੈਲੇਬਰ ਦੀ ਹੋਈ ਉਹ 'ਤੇ ਕੰਮ ਹੋਇਆ ਫਿਰ ਉਹ ਆਊਗੀ ਅਸੀਂ ਤਾਂ ਇਹੀ ਕਹਾਂਗੇ ਕਿ ਸਾਨੂੰ ਬਹੁਤ ਅਸੀਂ ਚੰਗੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਕੁਝ ਵੱਖਰਾ ਸਿਨੇਮਾ ਲੈ ਕੇ ਆਏ ਥੈਂਕ ਯੂ ਸਰ ਸੋ ਮਚ ਜੀ ਥੈਂਕ ਯੂ ਏਸੀਜੀ ਫਿਲਮ ਕ੍ਰਿਮੀਨਲ ਦਾ ਪ੍ਰੀਮੀਅਰ ਸ਼ੋਅ ਤੇ ਮੌਜੂਦ ਸੀ ਅੱਜ ਅਸੀਂ ਜਿੱਦਾਂ ਕਿ ਅਸੀਂ ਫਿਲਮ ਵੀ ਵੇਖੀ ਸੋ ਫਿਲਮ ਦੀ ਸਟਾਰਕਾਸਟ ਨਾਲ ਗੱਲਾਂ ਬਾਤਾਂ ਕੀਤੀਆਂ ਜਿੱਦਾਂ ਕਿ ਅਸੀਂ ਟ੍ਰੇਲਰ ਤੋਂ ਅਸੀਂ ਅਨੁਮਾਨ ਲਗਾਇਆ ਸੀਗਾ ਕਿ ਫਿਲਮ ਵੱਖਰੀ ਹੋਏਗੀ ਉਸੇ ਤਰ੍ਹਾਂ ਸਾਡੀਆਂ ਉਮੀਦਾਂ 'ਤੇ ਫਿਲਮ ਖਰੀ ਉਤਰੀ ਇੱਕ ਵੱਖਰੀ ਇੱਕ ਬਹੁਤ ਜ਼ਿਆਦਾ ਵੱਖਰਾ ਕਨਸੈਪਟ ਮਿਲਿਆ ਜਿੱਥੇ ਅਸੀਂ ਸਾਨੂੰ ਇਹ ਸੀ ਫਿਲਮ ਦੇ ਵਿੱਚ ਵੀ ਫਿਲਮ ਦੇ ਵਿੱਚ ਕਿਤੇ ਕ੍ਰਿਮੀਨਲ ਟਾਈਪ ਚੀਜ਼ ਹੋਏਗੀ ਉੱਥੇ ਨਾਲ ਦੀਆਂ ਕਮੇਡੀ ਦਾ ਤੜਕਾ ਵੀ ਲਗਾਇਆ ਗਿਆ ਇੱਕ ਮਿਕਸ ਜੀ ਫਿਲਮ ਆ ਜਿਹੜੀ ਉਹ ਬਣੀ ਆ ਕਿ ਸੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਜੇ ਤੁਸੀਂ ਕੱਲ੍ਹ ਫਿਲਮ ਨੇ ਰਿਲੀਜ਼ ਹੋਣਾ ਸੋ ਇਹ ਪਹਿਲੀ ਇੱਦਾਂ ਦੀ ਫਿਲਮ ਆ ਕਿ ਟ੍ਰੇਲਰ ਵੇਖਣ ਤੋਂ ਬਾਅਦ ਫਿਲਮ ਦੀਆਂ ਜਿਹੜੀਆਂ ਐਡਵਾਂਸ ਬੁਕਿੰਗ ਆ ਜਿਹੜੀ ਉਹ ਸ਼ੁਰੂ ਤਾਂ ਹੋਊਗੀ ਨਾਲ ਦੀ ਨਾਲ ਬਹੁਤ ਸਾਰੀ ਹਾਊਸਫੁੱਲ ਵੀ ਹੋ ਜਾ ਰਹੇ ਨੇ ਸੋ ਕਮਾਲ ਦੀ ਗੱਲ ਹੈ ਕਿ ਵੱਖਰਾ ਸਿਨੇਮਾ ਬਣਿਆ ਸੋ ਸਾਨੂੰ ਜ਼ਰੂਰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਜਾਣਾ ਚਾਹੀਦਾ